समाना के अजीत नगर से एक नौजवान देवेंद्र पाल 18 नवंबर को लापता हो गया था। उसने बीकॉम के बाद आईलेट्स के अंदर उसने 6.5 बैंड प्राप्त किए। इंग्लैंड से उसको ऑफर लेटर आ गया, लेकिन वो सुबह 17 नवंबर को लेटर आया और 18 नवंबर को वो लापता हो गया। पता नहीं क्या कारण घर में बने और उसकी सूचना पुलिस को दी गई। पुलिस ने लगातार मुहिम की जारी रखी उसको ढूंढने के लिए। उसके फ़ोन डिटेल निकाले गए। अमृतसर से इस नौजवान को सिटी पुलिस समाना ने बरामद कर लिया है और आज सिटी पुलिस समाना के इंचार्ज सोहन सिंह ने अपनी पुलिस पार्टी के साथ इस बच्चे को परिवार को सौंप दिया और पुलिस की यह कार्रवाई बहुत अच्छी है। नहीं तो आज एक नौजवान लापता घर से आता है तो वापस नहीं आता। पुलिस ने जो लगातार इस मुहिम को जारी रखा, यह पुलिस की अच्छी कार्यप्रणाली जाहिर करती। पता नहीं लगे मैं पैड़ी से घेड़ा मारने गया अगो बाद तुरदा गया ही अगे तुरदा गया। तुम कुछ नहीं पता लगे मैं कितने जाना है ना है। बस चढ़ गए फिर बस वो भी पता था कि नहीं ओदे पता ही बस मैं सीधा जितर नु जी कर रहा है जाई जा रहा है बस मन बदल गया तेरा एकदम ही। हां हुन जाना है यूके? हां जाओगे ना? हां जावांगे। हां चलो ते पढ़ाई पूरी करनी है? हां पढ़ाई तो उथे पूरी करांगे ताही कोई फायदा उथे जाकर दा। असीं न्यू 18 धन्यवाद करदे जी सारे पंजाब दा धन्यवाद करने साडा बेटा सानू वापस मिलाता है। सतनाम सिंह जी ਤੁਹਾਡਾ ਬੱਚਾ ਮਿਲਿਆ ਤੁਸੀਂ ਕੀ ਕਹੋਗੇ ਜਿਹੜਾ ਮੀਡੀਆ ਨੇ ਤੁਹਾਡੀ ਖਬਰਾਂ? ਮੀਡੀਆ ਦਾ ਬਹੁਤ ਧੰਨਵਾਦ ਕਰਨੇ ਜਿਨ੍ਹਾਂ ਨੇ ਖਬਰ ਚਲਾਈ ਜਿਹਦੇ ਕਾਰਨ ਸਾਡਾ ਜਦੋਂ ਗਿਆ ਸੀ ਉਦੋਂ ਉਦਾਸੀ ਸੀ ਘਰ 'ਚ ਬਹੁਤ ਜ਼ਿਆਦਾ ਸੈਡ ਸੀ। ਹੁਣ ਵਧੀਆ ਖੁਸ਼ੀਆਂ ਦਾ ਮਾਹੌਲ ਹੈ। ਜਿਹੜੀ ਪੁਲਿਸ ਨੇ ਕਾਰਵਾਈ ਕਰੀ ਹੈ ਕਿਸ ਤਰ੍ਹਾਂ ਤੁਸੀਂ ਸੰਤੁਸ਼ਟ ਹੋ? ਹਾਂਜੀ ਬਹੁਤ ਵਧੀਆ ਕੀਤਾ ਇਹਨਾਂ, ਬਹੁਤ ਵਧੀਆ ਹੈਲਪ ਕੀਤੀ ਸਾਡੀ ਇਹਨਾਂ ਨੇ ਲੱਭਣ 'ਚ। ਇਹ ਜੀ 18/11/2019 ਨੂੰ ਇਹ ਘਰ ਤੋਂ ਬਿਨਾਂ ਦੱਸੇ ਪੁੱਛੇ ਚਲਾ ਗਿਆ ਸੀ। ਅਸੀਂ ਇਹਦੇ ਫੋਨ ਤੋਂ ਇਹਦੀਆਂ ਡਿਟੇਲਾਂ ਕਢਾਈਆਂ, ਜਿਹਦੇ ਨਾਲ ਗੱਲਬਾਤ ਕਰਦਾ ਸੀ, ਬਹੁਤ ਘੱਟ ਗੱਲਬਾਤ ਕੀਤੀ। ਇੱਕ ਦੋ ਵਾਰੀ ਇਹਨੇ ਫੋਨ ਖੋਲ੍ਹਿਆ, ਉਸ ਤੋਂ ਅਸੀਂ ਇਹਦੀ ਜਿਹੜੀ ਲੋਕੇਸ਼ਨ ਪਤਾ ਕਰਕੇ ਅੰਮ੍ਰਿਤਸਰ ਤੋਂ ਇਹਨੂੰ ਟਰੇਸ ਕੀਤਾ ਜਾ ਕੇ, ਅਤੇ ਟਰੇਸ ਕਰਕੇ ਅੱਜ ਇਹਨਾਂ ਦੇ ਪੇਰੈਂਟਸ ਦੇ ਹਵਾਲੇ ਕਰਤਾ ਹੈ ਬੱਚਾ। ਜਿਸ ਤਰ੍ਹਾਂ ਨੌਜਵਾਨ ਲਾਪਤਾ ਲੱਭਦੇ ਨਹੀਂ ਹੈ, ਇਹ ਜਿਹੜੀ ਪੁਲਿਸ ਦੀ ਕਾਮਯਾਬੀ ਮੈਂ ਕਹੂੰਗਾ ਇਸ ਨੂੰ ਬਹੁਤ ਅੱਛੀ ਕਾਰਵਾਈ ਹੋਈ ਹੈ। ਇਸ ਤਰ੍ਹਾਂ ਹੀ ਲਗਾਤਾਰ ਮੁਹਿੰਮ ਇਸ 'ਤੇ ਲਾਪਤਾ ਚੱਲਦੀ ਰਹੇ ਤਾਂ ਕਿਸ ਤਰ੍ਹਾਂ ਰਹੇਗਾ? ਦੇਖੋ ਜੀ, ਅਫਸਰਾਂ ਦੇ ਹਦਾਇਤਾਂ ਨੇ ਵੀ ਜੇ ਇਹੋ ਜਿਹੀ ਕੋਈ ਗੱਲਬਾਤ ਹੁੰਦੀ, ਕੋਈ ਬੱਚਾ ਮਿਸਪਲੇਸ ਹੋ ਜਾਂਦਾ ਤਾਂ ਫਿਰ ਅਸੀਂ ਉਹਦੀ ਪੂਰੀ ਪੜਤਾਲ ਕਰਨੇ ਹਾਂ, ਪੂਰੀ ਮਿਹਨਤ ਕਰਨੀ ਪੈਂਦੀ ਹੈ ਬੱਚੇ ਨੂੰ ਟਰੇਸ ਕਰਨ ਵਾਸਤੇ, ਅਤੇ ਮਿਹਨਤ ਨਾਲ ਹੀ ਸਾਰਾ ਮਸਲਾ ਹੱਲ ਹੁੰਦਾ ਜੀ। ਅਤੇ ਅੰਗਰੇਜ਼ ਸਿੰਘ ਨੇ ਜਿਹੜਾ ਕੰਮ ਕਰਿਆ ਇਸ ਦੇ ਵਿੱਚ? ਬਹੁਤ ਵਧੀਆ ਕੰਮ ਕਰਿਆ ਅੰਗਰੇਜ਼ ਸਿੰਘ ਨੇ, ਬੜੀ ਮਿਹਨਤ ਕਰੀ ਇਹਦੇ ਵਿੱਚ। ਅੰਗਰੇਜ਼ ਸਿੰਘ ਨੂੰ ਮਤਲਬ ਇਨਾਮ ਦਾ ਹੱਕਦਾਰ ਹੈ, ਅਸੀਂ ਲਿਖ ਕੇ ਵੀ ਭੇਜਾਂਗੇ ਅਫਸਰਾਂ ਦੇ, ਬੇਨਤੀ ਕਰਾਂਗੇ ਵੀ ਇਹਨੂੰ ਸਰਟੀਫਿਕੇਟ ਦਿੱਤਾ ਜਾਵੇਗਾ। कैमरामैन बालसन गर्ग के साथ पुरुषोत्तम कौशिक समाना न्यूज़।